ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦਾ ਆਭਾਰ ਹੋ ਰਿਹਾ ਤੇ ਪੀਪਲਸ ਪਾਰਟੀ ਆਫ ਪੰਜਾਬ ਦੇ ਚੀਫ ਸੀ ਜਿਹੜੇ ਉਹ ਕਾਂਗਰਸ ਦੇ ਅੰਦਰ ਸ਼ਾਮਲ ਹੋ ਗਏ ਨੇ ਪੀਪਲਸ ਪਾਰਟੀ ਨਾਲ ਕਿਸੇ ਟਾਈਮ ਸਰਦਾਰਾ ਸਿੰਘ ਜੋਹੜ ਜਿਹੜੇ ਪੰਜਾਬ ਦੇ ਮੰਨੇ ਪ੍ਰਮੰਨੇ ਇਕਨੋਮਿਸਟ ਨੇ ਉਹ ਸਲਾਹ ਵੀ ਦਿੰਦੇ ਰਹੇ ਪੀਪਲਸ ਪਾਰਟੀ ਨੂੰ ਮਨਪ੍ਰੀਤ ਬਾਦਲ ਨੂੰ ਵੀ ਸਲਾਹ ਦਿੰਦੇ ਰਹੇ ਔਰ ਉਹ ਆਮ ਆਦਮੀ ਪਾਰਟੀ ਨੂੰ ਵੀ ਕੁਝ ਸਲਾਹਾਂ ਦੇ ਰਹੇ ਨੇ ਫੇਸਬੁੱਕ ਦੇ ਉੱਤੇ ਸਟੇਟਸ ਪਾ ਰਹੇ ਨੇ ਸਾਡੇ ਨਾਲ ਸਰਦਾਰਾ ਸਿੰਘ ਜੋਹੜ ਨਾਲ ਗੱਲਬਾਤ ਕਰਦੇ ਆ ਸਰ ਤੁਸੀਂ ਪਿਛਲੇ ਦਿਨਾਂ ਦੇ ਅੰਦਰ ਬੜਾ ਇੱਕ ਅਹਿਮ ਸਟੇਟਸ ਪਾਇਆ ਕਿ ਪੀਪਲਸ ਪਾਰਟੀ ਵਾਲੀਆਂ ਗਲਤੀਆਂ ਆਮ ਆਦਮੀ ਪਾਰਟੀ ਕਰ ਰਹੀ ਹੈ ਜਿਹੜੇ ਬਾਹਰ ਦੇ ਲੋਕ ਇੰਜੈਕਟ ਹੋ ਰਹੇ ਨੇ ਉਹ ਆਮ ਆਦਮੀ ਨੂੰ ਵੱਡਾ ਨੁਕਸਾਨ ਪਹੁੰਚਾਉਣਗੇ ਇਹ ਠੀਕ ਹੈ ਮੈਂ ਤੇ ਕਿਸੇ ਪਾਰਟੀ ਨੂੰ ਨਾ ਫੇਵਰ ਕਰਦਾ ਨਾ ਕਿਸੇ ਖੇਚਾ ਨਾ ਮੈਂ ਤਾਂ ਜਿਹੜੀਆਂ ਕੋਈ ਮੇਰੀ ਮਾੜੀ ਮੋਟੀ ਜਿਹੜੀ ਪੋਲੀਟੀਕਲ ਸੂਜ ਹੈ ਮੈਂ ਉਹਦੇ ਮੁਤਾਬਕ ਫੇਸਬੁਕ ਪਾ ਦੇਣਾ ਕਿਸੇ ਦੇ ਗੁੱਟੇ ਲੱਗਦੀ ਕਿਸੇ ਗੋਡੇ ਵਾਲੀ ਕਿਸੇ ਨੂੰ ਫਾਇਦੇਮੰਦ ਹੁੰਦਾ ਕੋ ਮੈਂ ਆਮ ਨਾਟ ਇਨ ਲਾਈਨ ਟੂ ਕਿਸੇ ਪਾਰਟੀ ਨਾਲ ਮੈਂ ਅਲਾਈਨ ਨਹੀਂ ਹਾਂ ਉਹ ਜਿਹੜੀ ਤੁਸੀਂ ਸਵਾਲ ਮੈਨੂੰ ਕੀਤਾ ਉਹਦਾ ਸੀਗੇ ਪੰਮਨਪ੍ਰੀਤ ਸਿੰਘ ਬਾਦਲ ਦੀ ਜਿਹੜੀ ਰਿਸਪੌਂਸ ਸੀ ਮਾਗੀ ਦੇ ਮੇਲੇ ਤੇ ਵੀ ਹੋਰ ਆਪਣੇ ਉੱਤੇ ਖੜਕੜ ਕਲਾ ਵੀ ਉਹ ਇਸ ਜਿਹੜੀ ਆਪ ਦੀ ਰਿਸਪੌਂਸ ਨਾਲੋਂ ਵੀ ਜ਼ਿਆਦਾ ਸੀ ਲੇਕਿਨ ਉਹ ਮੇਨਟੇਨ ਨਹੀਂ ਕੀ ਕਰ ਸਕਿਆ ਕਿਉਂਕਿ ਉਹਨੇ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਇੱਕ ਤਾਂ ਉਹ ਜਿਹੜੇ ਬੰਦੇ ਉਹਦੇ ਨਾਲ origional sign on ਨਾਲ ਨਹੀਂ ਲਿਆ ਸਕਿਆ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ ਤੁਹਾਨੂੰ ਕੀ ਲੱਗਦਾਗਾ ਕਿ ਆਮ ਆਦਮੀ ਪਾਰਟੀ ਕਿਹੜੀਆਂ ਵੱਡੀਆਂ ਗਲਤੀਆਂ ਕਰ ਰਹੀ ਹੈ ਮੈਂ ਉਹ ਹੀ ਦੱਸਣ데요 ਜਿਹੜੀਆਂ ਗਲਤੀਆਂ ਮਨਪ੍ਰੀਤ ਨੇ ਕੀਤੀਆਂ ਉਹਨਾਂ ਨੂੰ ਵਾਰਨਿੰਗ ਉਹ ਹੀ ਦਿੱਤੀ ਹੋ ਸਕਦੀ ਹੈ ਉਹਦੇ ਵਿੱਚ ਇਹ ਸੀਗਾ ਕਿ ਬਈ ਉਹ ਆਮ ਬੰਦੇ ਆਪਣੇ ਨਾਲ ਨਹੀਂ ਆਪਣੇ ਵਰਕਰਸ ਨੂੰ ਲੈ ਚ ਲਿਆ ਉਹਨੇ ਕੋਈ ਸਟਰਕਚਰ ਨਹੀਂ ਬਣਾਈ ਬਣਾਈ ਨਹੀਂ ਬਣਾਈ ਦਿੱਤੀ ਫਿਰ ਉਹਨੇ ਉਹ ਬੰਦੇ ਭਰਤੀ ਕਰ ਲਿਆ ਜਿਹੜੇ ਦੂਸਰੀਆਂ ਪਾਰਟੀਆਂ ਚੋਂ ਆਉਂਦੇ ਸੀਗੇ ਜਿਹੜੇ ਹਾਰੇ ਸੀ ਜਿਨ੍ਹਾਂ ਨੇ ਪਲੇਸ ਕੋਈ ਨਹੀਂ ਸੀ ਉਮੋ ਕਹਦਾ ਕਿ ਛੱਡ ਕੇ ਵੀ ਚਲੇ ਗਏ ਸੋ ਉਸ ਦੇ ਨਾਲ ਜਿਹੜਾ ਜਦ ਤੁਸੀਂ ਬਾਹਰੋਂ ਪਾਰਟੀ ਤੋਂ ਕੋ ਬੰਦਾ ਲੈ ਆਉਣੇ ਆ ਜਿਹੜਾ ਤੁਹਾਡਾ origignal worker ਆ ਉਹ ਡਿਸਰਟਾਈਫਾਈਡ ਹੋ ਜਾਂਦਾ ਉਹ ਉਹਨੂੰ ਸਪੋਰਟ ਨਹੀਂ ਕਰਦਾ ਸੋ ਜਿਹੜਾ ਕੇਡਰ ਤੁਸੀਂ ਬਿਲਡ ਅਪ ਕਰਨਾ ਹੈ ਉਹ ਤੁਸੀਂ ਆਪਣੇ ਵਰਕਰਸ ਤੋਂ ਬਿਲਡ ਅਪ ਕਰੋ ਔਰ ਉਹਦੇ ਨਾਲ ਤੁਹਾਡੀ ਜਿਹੜੀ ਪਾਰਟੀ ਸੋਲਿਡ ਰਹੇਗੀ ਜਿਹੜੀਆਂ ਬਾਹਰਨੀਆਂ ਪਾਰਟੀਆਂ ਦੇ ਬੰਦੇ ਆਮ ਆਦਮੀ ਪਾਰਟੀ ਨੇ ਲਏ ਨੇ ਕਾਂਗਰਸ ਪਾਰਟੀ ਦੇ ਲਏ ਨੇ ਹੋਰਾਂ ਪਾਰਟੀਆਂ ਦੀ ਲਏ ਰਹੇ ਤੁਹਾਨੂੰ ਲੱਗਦਾ ਇਹਨਾਂ ਨੂੰ ਨੁਕਸਾਨ ਹੋ ਪਾਰਟੀ ਨੂੰ ਦੇਖੋ ਨੁਕਸਾਨ ਮੈਂ ਇਹ ਨਹੀਂ ਕਹਿੰਦਾ ਕੋ ਬੰਦੇ ਮਾੜੇ ਆ ਜਾਂ ਚੰਗੇ ਆ ਮੈਂ ਮੈਂ ਮੇਰੀ ਆਮ ਨੋਬਾਡੀ ਟੂ ਕਮੈਂਟ ਔਨ ਥੈਟ ਸਿੰਪਲ ਥੀਜ ਹੈ ਕਿ ਜਦ ਤੁਸੀਂ ਦੂਜੀਆਂ ਪਾਰਟੀਆਂ ਦੇ ਹੰਡੇ ਕੱਸੇ ਬੰਦੇ ਲਿਆ ਕੇ ਲਿਆਉਨੇ ਹੈ ਜਿਹੜਾ ਤੁਹਾਡਾ ਵਰਕਰ ਹੈ ਉਹ ਡਿਸਰਸਫਾਈਡ ਹੋ ਜਾਂਦਾ ਉੱਥੇ ਤੁਹਾਨੂੰ ਬੇਸਿਕ ਵੋਟਾਂ ਦਾ ਨੁਕਸਾਨ ਹੁੰਦਾ ਉਹ ਆਪੋਸ ਕਰ ਲਿਆ ਪਿਆ ਹੁਣ ਜੇ ਤਾਂ ਮਨਪੀਤ ਬਾਦਲ ਉੱਧਰ ਗਿਆ ਉਸ ਏਰੀਏ ਦੇ ਵਿੱਚ ਜਿਹੜੇ ਕਾਂਗਰਸ ਦੇ ਲੀਡਰ ਸੀਗੇ ਉਹਨਾਂ ਨਾਲ ਉਹ ਇੱਕ ਕਿਸਮ ਦਾ ਕੰਪੀਟੀਸ਼ਨ ਹੋ ਗਿਆ ਉਹ ਐਕਸੈਪਟ ਨਹੀਂ ਕਰ ਰਿਹਾ ਉਹਨਾਂ ਨੂੰ ਇਸੇ ਤਰ੍ਹਾਂ ਹੀ ਚਾਹੇ ਕੋ ਬੋਲੇ ਚਾਹੇ ਕੋ ਨਾ ਬੋਲੇ ਲੇਕਿਨ ਜਿਹੜਾ ਲੋਕਲ ਵਰਕਰ ਹੈ ਜਿਹੜਾ ਹੁਣ ਤੱਕ ਕੰਮ ਸਾਲ ਪਰ ਦਾ ਦੋ ਸਾਲ ਦਾ ਕਰਦਾ ਚੱਲੇ ਉਹ ਆਦਮੀ ਡਿਸਸੈਟਿਸਫਾਈਡ ਹੋ ਜਾਂਦਾ ਹੈ ਇੱਕ ਹੈ ਦੂਜੀ ਆ ਵੀ ਜਿਹੜੇ ਜਦ ਤੁਸੀਂ ਟਿਕਟ ਦੇਣ ਲੱਗਦੇ ਹੋ ਉਸ ਵੇਲੇ ਉਸ ਏਰੀਏ ਦੇ ਉਸ ਕੰਸਟੀਚੂਐਂਸੀ ਦੇ ਲੋਕਾਂ ਦੀ ਸਲਾਹ ਲੈ ਕੇ ਜਿਹੜਾ ਪਰਮਿਟ ਹੋਵੇ ਉਹਨੂੰ ਕਰੋ ਤੁਸੀਂ ਜਦ ਕੈਂਡੀਡੇਟ ਇੰਪੋਜ਼ ਕਰਦੇ ਨੇ ਹੋ ਜਿਹੜੇ ਪਹਿਲਾਂ ਵਰਕ ਕਰਦੇ ਰਹਿੰਦੇ ਆ ਉਹ ਬੰਦੇ ਜਿਹੜੇ ਆਉ ਉਹ ਉਹ ਡਿਸਪਾਇੰਟ ਹੋ ਜਾਂਦੇ ਤੁਹਾਨੂੰ ਲੱਗਦਾਗਾ ਕਿ ਆਮ ਆਦਮੀ ਪਾਰਟੀ ਦੇ ਏਜੰਡੇ ਚ ਗਰਾਵਟਾਈ ਹੈ ਜਿੱਥੋਂ ਆਮ ਆਦਮੀ ਪਾਰਟੀ ਚੱਲੀ ਸੀ ਦਰਸਲ ਇਹ ਜੀ ਕੈਂਡੀਡੇਟਾਂ ਨੂੰ ਵੀ ਇੰਜੈਕਟ ਕਰਨ ਵਾਲੀ ਗੱਲ ਆ ਜਿਹੜੀ ਸਵਰਾਜ ਦੀ ਗੱਲ ਹੁੰਦੀ ਸੀ ਆਡਿਓਲੋਜੀਕਲੀ ਗੱਲ ਹੁੰਦੀ ਸੀ ਉਹ ਸਾਰੀ ਆਡਿਓਲੋਜੀ ਤੋਂ ਜੋ ਕਾਂਗਰਸ ਕਰ ਰਹੀ ਹੈ ਜੋ ਅਕਾਲੀ ਦਲ ਕਰ ਰਿਹਾ ਜੋ ਬੀਜੇਪੀ ਕਰ ਰਿਹਾ ਉਹ ਸਿਰਾਂ ਪੈ ਗਿਆ ਮਾ ਦੀ ਗੱਲਿਆ ਵੀ ਜਿਹੜੀ ਆ ਕਾਨਫਰੰਸ ਦਾ ਜੋ ਮੈਂ ਦੇਖਦਾ ਜੋ ਉੱਥੇ ਮਤਲਬ ਲੈਕਚਰ ਦਿੱਤੇ ਗਏ ਆ ਜਾਂ ਕੇਜਰੀਵਾਲ ਬੋਲਿਆ ਉਹ ਦੂਜੀਆਂ ਪਾਰਟੀਆਂ ਨਾਲੋਂ ਡਿਫਰੈਂਟ ਨਹੀਂ ਹੈ ਮੈਂ ਆਪਣੇ ਫੇਸਬੁੱਕ ਤੇ ਹੀ ਪਾਇਆ ਸੀਗਾ ਕਿ ਅਨਫੋਰਚੂਨੇਟ ਪਾਰਟੀ ਆ ਕਿ ਅਸੀਂ ਮਿਊਚੁਅਲ ਲੈਬਰੇਰੀ ਦੀ ਪਰਸਨਲ ਲੈਵਲ ਤੇ ਕਰਦੇ ਆ ਮੈਂ ਆ ਕਰ ਦੂੰ ਮੈਂ ਉਹ ਕਰ ਦੂੰ ਮੈਂ ਉਹ ਕਰ ਦੂੰ ਜਿਹੜਾ ਡਿਵੈਲਪਮੈਂਟ ਦਾ ਅਜੰਡਾ ਹੈ ਕਿ ਉਹਨਾਂ ਨੇ ਲੋਕਾਂ ਲਈ ਕੀ ਕਰਨਾ ਉਹ ਕਿਸੇ ਪਾਰਟੀ ਨੇ ਨਹੀਂ ਬੋਲਿਆ ਉੱਥੇ ਉਹ ਮੈਂ ਪਾਇਆ ਸੀਗਾ ਔਰ ਜਿਹਨੇ ਬਹੁਤ ਸਾਰੀ ਐਕਸੈਪਟੈਂਸ ਦੇ ਮਰਕਾਚੇ ਸਤ ਸੂਕ ਉਤੇ ਲੋਕਾਂ ਨੇ ਲਾਈਕ ਕੀਤਾ ਦੋਸਤ ਫਿਰ ਮੰਨਿਆ ਜਾਵੇ ਇਹ ਗੱਲ ਕਿ ਆਮ ਆਦਮੀ ਪਾਰਟੀ ਵੀ ਕੋਈ ਅਲਟਰਨੇਟ ਪੋਲਿਟਿਕਸ ਨਹੀਂ ਕਰ ਰਹੀ ਹੈ ਉਹੀ ਮੇਨਸਟ੍ਰੀਮ ਪੋਲਿਟਿਕਸ ਜੋ ਦੂਜੀਆਂ ਪਾਰਟੀਆਂ ਕਰਦੀਆਂ ਨੇ ਉਹੀ ਆਮ ਆਦਮੀ ਕਰ ਰਹੀ ਹੈ ਨਹੀਂ ਮੈਂ ਇਹ ਨਹੀਂ ਕਹਾਗਾ ਦੇਖੋ ਇਹ ਨਵੀਂ ਪਾਰਟੀ ਆ ਇਹ ਦੇ ਵਿੱਚ ਲੋਕ ਜਿਹੜੇ ਅਗਰ ਇਹਨਾਂ ਕੋਲ ਜਾ ਰਹੇ ਆ ਤਾਂ ਇੱਕ ਕਿਸਮ ਦੀ 네ਗੇਟਿਵ ਰਿਸਪੌਂਸ ਹੈ ਟੂ ਦੀ ਅਦਰ ਪਾਰਟੀਆਂ ਤੁਸੀਂ ਇਹਨਾਂ ਦੇ ਕੋਈ ਪ੍ਰੋਗਰਾਮ ਤੇ ਨਹੀਂ ਜਾ ਰਹੇ ਇਸ ਵੇਲੇ ਲੇਕਿਨ ਇਹ ਡਿਪੈਂਡ ਕਰਦਾ ਇਹਨਾਂ ਦਾ ਕਿ ਔਰ ਜਿਹੜੀ ਆਰਗੇਨਾਈਜ਼ ਸਟਰਕਚਰ ਉਹ ਕਿਦਾਂ ਬਣਾਉਂਦੇ ਥੱਲੇ ਔਰ ਜੋ ਪ੍ਰੋਗਰਾਮ ਹੈ ਪੀਪਲ ਓਰੀਐਂਟਡ ਉਹਨਾਂ ਤੇ ਬੇਸ ਜਿਹੜਾ ਆ ਉਹ ਪ੍ਰੋਗਰਾਮ ਇਹ ਕੀ ਦਿੰਦੇ ਆ ਉਹਨਾਂ ਫਰਕ ਪਾਏਗਾ ਇੰਨੀਆ ਸਲੋਗਨ ਨਹੀਂ ਕਿ ਮੈਂ ਬਣੇਗਾ ਤੇ ਕਮਿਸ਼ਨ ਮਿਲਾ ਦਿਆਂਗਾ ਤੇ ਮੈਂ ਇਹ ਤੇ ਕਰਦੇ ਆ ਉਹ ਤਾਂ ਕਾਂਗਰਸ ਕਾਲੀਆਂ ਨੂੰ ਵੀ ਕਰੀਂਦੀ ਹੈ ਕਾਲੀਆਂ ਨੂੰ ਕਾਂਗਰਸ ਨੂੰ ਕਰੀ ਜਾਂਦੀ ਹੈ ਤੁਹਾਨੂੰ ਦੇ ਨੀਡ ਐਡਵਾਈਜ਼ਰਸ ਤੁਸੀਂ ਪੂਰੇ ਦੇਸ਼ ਨੂੰ ਐਨਲਿਸਿਸ ਕਰਦੇ ਹੋ ਇਕਨੋਮਿਕਲੀ ਸੋਸ਼ੀਅਲੀ ਪੋਲੀਟੀਕਲੀ ਤਾਨੂੰ ਲੱਗਦਾਗਾ ਕਿ ਆਮ ਆਦਮੀ ਪਾਰਟੀ ਦੇ ਫੋਰਨ ਪਾਲਿਸੀ ਦੇ ਅੰਦਰ ਆਮ ਆਦਮੀ ਪਾਰਟੀ ਦੀ ਇਕਨੋਮਿਕ ਪਾਲਿਸੀ ਦੇ ਅੰਦਰ ਆਮ ਆਦਮੀ ਪਾਰਟੀ ਦੇ ਰੱਖਿਆ ਮਸਲਿਆਂ ਦੇ ਅੰਦਰ ਇਹ ਜਿਹੜੇ ਸਾਰੇ ਮੇਨ ਅਹਿਮ ਮਸਲੇ ਨੇ ਜਾਂ ਪੰਜਾਬ ਨੂੰ ਲੈ ਕੇ ਅਹਿਮ ਮਸਲੇ ਨੇ ਉਹਨਾਂ ਦੇ ਉੱਤੇ ਕੋਈ ਫਰਕ ਹੈਗਾ ਆਮ ਆਦਮੀ ਪਾਰਟੀ ਦੂਜੀਆਂ ਪਾਰਟੀਆਂ ਤੋਂ ਗੱਲਿਆ ਇਹ ਜਿੰਦ ਤੱਕ ਤੇ ਜਦੋਂ ਚ ਕੋ ਨੈਸ਼ਨਲ ਪਾਰਟੀ ਨਹੀਂ ਬਣਦੀ ਪਾਵਰ ਚ ਨਹੀਂ ਆਉਂਦੀ ਉਹਨਾਂ ਚ ਫੋਰਨ ਪਾਲਿਸੀ ਜਿਹੜੀ ਲੜੀ ਜਾਂਦੀ ਹੈ ਉਹ ਨੈਸ਼ਨਲ ਲੈਵਲ ਤੇ ਲੜੀ ਜਾਂਦੀ ਹੈ ਕਿ ਸਟੇਟ ਲੈਵਲ ਤੇ ਨਹੀਂ ਲੜੀ ਆਏਗੀ ਸਮਝਿਆ ਨਾ ਪੰਜਾਬ ਦੇ ਮਸਲਿਆਂ ਦੇ ਉੱਤੇ ਵੀ ਆਮ ਆਦਮੀ ਪਾਰਟੀ ਸਾਇਲੈਂਟ ਆ ਮੈਂ ਉਹ ਤੇ ਉਹ ਤਾਂ ਮੈਂ ਪਹਿਲਾਂ ਤੁਹਾਨੂੰ ਕਹਿ ਚੁੱਕਾ ਕਿ ਪੰਜਾਬ ਦੇ ਸਹੀ ਮਸਲਿਆਂ ਦੇ ਉੱਤੇ ਤਾਂ ਕੋਈ ਪਾਰਟੀ ਵੀ ਨਹੀਂ ਬੋਲ ਰਹੀ ਸਮਝਣਾ ਜੇ ਉਹ ਪ੍ਰੋਬਲਮਸ ਜਿਹੜੀਆਂ ਜਿੰਨੀਆਂ ਰੈਲੀਆਂ ਹੁੰਦੀਆਂ ਉਹਦੇ ਵਿੱਚ ਸਿਰਫ ਸਵਾਇਪਰਸਨਲ ਤੋਂ ਮੈਂ ਇਹਨੂੰ ਅੰਦਰ ਕਰ ਦਊਗਾ ਮੈਂ ਉਹਨਾਂ ਤੇ ਕਮਿਸ਼ਨ ਬਿਠਾ ਦਊਗਾ ਮੈਂ ਉਹਨੂੰ ਇਹ ਕਰ ਦੂੰਗਾ ਉਹ ਕਰ ਦਊਗਾ ਉਹ ਉਹ ਪੀਪਲ ਆਰ ਨਾਟ ਇੰਟਰਸਟਿਡ ਇਨ ਇਟ ਉਹ ਤਾਂ ਕਈਆਂ ਇਲੈਕਸ਼ਨਰ ਸੁਣਦੇ ਆਇਆ ਲੋਕ ਤਾਂ ਇਹ ਦੇਖਣਾ ਚਾਹੁੰਦੇ ਆ ਵੀ ਤੁਸੀਂ ਦੱਸੋ ਸਾਡੀ ਹਾਲਤ ਜਿਹੜੀ ਸਾਡੀ ਇਸ ਵੇਲੇ ਗਰੀਬੀ ਆ ਸਾਡੀ ਜਿਹੜੀ ਅਨਪਲਾਈਮੈਂਟ ਹੈ ਸਾਡੇ ਜਿਹੜੇ ਨਸ਼ੇ ਨੇ ਸਾਡੀਆਂ ਜਿਹੜਾ ਪਿੰਡ ਪਿੰਡਾਂ ਦੀ ਇਕਨੋਮੀ ਡਾਊਨ ਚਲੀ ਜਾ ਰਹੀ ਆ ਉਹ ਜਿਹੜਾ ਲੇਬਰ ਕਲਾਸ ਗਰੀਬ ਲੋਕ ਆ ਉਹਨਾਂ ਵਾਸਤੇ ਤੁਸੀਂ ਕੀ ਕਰੋਗੇ ਤਾਂ ਕੋਈ ਵੀ ਨਹੀਂ ਦੱਸਦਾ ਸੁਣਿਆ ਇੱਕ ਸੀਨੀਅਰ ਲੀਡਰ ਆ ਆਮ ਆਦਮੀ ਪਾਰਟੀ ਦਾ ਤੁਹਾਡੇ ਕੋਲ ਸਲਾਹ ਲੈਣ ਆਇਆ ਇਸ ਮੁੱਸਲੇ ਤੇ ਆਮ ਆਦਮੀ ਪਾਰਟੀ ਦਾ ਲੀਡਰ ਕੌਣ ਸੀ ਗੱਲ ਇਹ ਆ ਵੀ ਮੇਰਾ ਦਰਵਾਜ਼ਾ ਤਾਂ ਖੁੱਲ ਆ ਜਿੰਨੀ ਕਿ ਮੈਨੂੰ ਮਾੜੀ-ਮੋਟੀ ਸਮਝੇ ਕੋਈ ਆ ਜਾਵੇ ਮੇਰੇ ਕੋ ਅਕਾਲੀ ਵੀ ਆ ਜਾਂਦੇ ਵੀ ਹੁੰਦੇ ਉਹ ਮੇਰੇ ਮਿੱਤਰ ਹੈ ਕਾਂਗਰਸੀ ਵੀ ਮੇਰੇ ਮਿੱਤਰ ਹੈ ਇਹ ਮੇਰੇ ਕੋਲ ਜਿਹੜਾ ਆ ਸੀਗਾ ਆਪਣੇ ਸੱਜਣ ਲਈ ਆਏ ਸੀਗੇ ਮੇਰੇ ਕੋ ਇਹ ਆਇਆ ਸੀਗਾ ਕਿ ਸੰਜੇ ਸਿੰਘ ਆਇਆ ਸੀਗਾ ਇੱਕ ਉਹ ਦਰਗੇਸ਼ ਪਾਟਕ ਸੀ ਉਹਦੇ ਨਾਲ ਇੱਕ ਸੁਚਾ ਸਿੰਘ ਸੀਗਾ ਛੋਟੇਪੁਰ ਹੋਰ 5-7 ਬੰਦੇ ਸੀਗੇ ਤੇ ਮੇ ਨਾਲ ਡਿਸਕਸ ਕਰੀ ਲੋ ਘੰਟੇ ਕੀਤੇ ਆ ਮੈਨੂੰ ਕਹੇ ਵੀ ਦੇਖੋ ਜੇ ਤੁਸੀਂ ਇਹ ਸਮਝਣਾ ਹੈ ਕਿ ਮੈਂ ਤੁਹਾਨੂੰ politically support ਕਰਾਂਗਾ ਤੇ ਮੈਂ ਨਹੀਂ ਇਹ ਕਹਾਂ ਮੈਂ ਕਿਸੇ politix ਨਹੀਂ ਪੈਣਾ ਮੈਂ ਦੇਖ ਲਿਆ ਸਾਰਾ I have tested my waters ਤੇ ਮੈਂ politix ਨਹੀਂ ਕਰਦਾ ਤੁਸੀਂ ਜੋ ਸਲਾਹ ਲੈਣੀ ਮੈਂ ਦੱਸ ਦਵਾਂ ਸੋ ਐਗਰੀਕਲਚਰ ਦੇ ਮੁੰਡੇ ਬੰਦੇ ਚਾਰ ਨੰਮ ਇੰਪਲੋਇਮੈਂਟ ਦੇ ਵਿੱਚ ਡਰੱਗਸ ਦੇ ਉੱਤੇ ਕੀ ਪ੍ਰੋਬਲਮ ਹੈ ਕੀ ਹੋ ਸਕਦਾ ਉਹ ਸਾਰੀਆਂ ਚੀਜ਼ਾਂ ਉਹ ਮੈਂ ਆਮ ਆਦਮੀ ਪਾਰਟੀ ਬੜੀ ਤੇਜ਼ ਪਾਰਟੀ ਆ ਇੱਕ ਮੈਸੇਜ ਇਸ ਤਰ੍ਹਾਂ ਦਾ ਦਿੱਤਾ ਕਿ ਸਰਦਾਰਾ ਸਿੰਘ ਜੋਹੜ ਵਰਗੇ ਇੰਟੈਲੈਕਚੁਅਲ ਬੁੱਧੀਜੀਵੀ ਬੰਦੇ ਇੱਕ ਇਕਨੋਮਿਸਟ ਸਾਡੇ ਨਾਲ ਖੜੇ ਨਹੀਂ ਆ ਅਸੀਂ ਉਹਨਾਂ ਤੋਂ ਸਲਾਹ ਲੈ ਰਹੇ ਆ ਇਹ ਵੀ ਤਾਂ ਇੱਕ ਮੈਸੇਜ ਦੇ ਰਹੇ ਨੇ ਚਾਹੇ ਤੁਸੀਂ ਨਾਲ ਨਹੀਂ ਖੜੇ ਨਹੀਂ ਦੇਖੋ ਗੱਲ ਮੈਂ ਕਿਸੇ ਨੂੰ ਘਰ ਆ ਇਹਨੂੰ ਤਾਂ ਨਹੀਂ ਕਹਿ ਸਕਦਾ ਵੀ ਤੂੰ ਨਿਕਲ ਜਾ ਘਰ ਜਾ ਸਵਾਲ ਨਾ ਤੇ ਮੈਂ ਤਾਂ ਜੋ ਮੈਸੇਜ ਦਿੰਦੇ ਮੈਂ ਮੇਰਾ ਸਟੇਟਮੈਂਟ ਹੈ ਕਿ ਆਈ ऍम ਨਾਟ ਅਲਾਈਨਡ ਵਿਦ ਐਨੀ ਪੋਲੀਟੀਕਲ ਪਾਰਟੀ ਆਈ ऍम ਨਾਟ ਅ ਪੋਲੀਟੀਕਲ ਮੈਨ ਮੇਰੀ ਮੈਂ ਪੋਲੀਟਿਕਸ ਐਕਟਿਵ ਪੋਲੀਟਿਕਸ ਨਹੀਂ ਮੈਨੂੰ ਜੋ ਕੁਝ ਪਤਾ ਆ ਉਹਦੇ ਬਾਰੇ ਮੈਨੂੰ ਕਿਸੇ ਨੂੰ ਪੁੱਛਣਾ ਕੋਈ ਆਜ ਵੀ ਮਦਦ ਨਹੀਂ ਮਨਪ੍ਰੀਤ ਬਾਦਲ ਨੂੰ ਤੁਹਾਡੀ ਸਲਾਹ ਕਿਉਂ ਨਹੀਂ ਰਾਸ ਆਈ ਤੁਸੀਂ ਉਹਨਾਂ ਨੂੰ ਲਗਾਤਾਰ ਸਲਾਹਾਂ ਦਿੱਤੀਆਂ ਪੂਰਾ ਉਹਨਾਂ ਦਾ ਇੱਕ ਮੈਨੀਫੈਸਟੋ ਪੂਰਾ ਇੱਕ ਜਿਹੜਾ ਬਲੂਪ੍ਰਿੰਟ ਸੀ ਤੁਸੀਂ ਤਿਆਰ ਕੀਤਾ ਸਲਾਹ ਦਿੱਤੀ ਇਕਨੋਮੀ ਦੇ ਉੱਤੇ ਮਨਪ੍ਰੀਤ ਬਾਦਲ ਟੈਸਟ ਚ ਫੇਲ ਕਿਉਂ ਹੋ ਗਿਆ ਮਨਪ੍ਰੀਤ ਬਾਦਲ ਦੀ ਫੇਲਿਅਰ ਸਹੀ ਮੈਨਾ ਸਟਾਰਟ ਹੋਈ ਜਦੋਂ ਉਹਨਾਂ ਨੇ ਲਿਫਟਸ ਦੇ ਨਾਲ ਸਮਝੌਤਾ ਕਰ ਲਿਆ ਉਹ ਆਈਡੀਆਲੋਜੀ ਤੋਂ ਸਲਿੱਪ ਕਰ ਗਿਆ ਫਿਰ ਉਹਨੂੰ ਜਦ ਮੈਂ ਰੋਕਣ ਦੀ ਕੋਸ਼ਿਸ਼ ਕੀਤੀ ਉਹ ਨਹੀਂ ਰੁਕਿਆ ਫਿਰ ਉਸ ਤੋਂ ਬਾਅਦ ਉਹ ਉਹਨੇ ਬਰਨਾਲਾ ਨਾਲ ਲੈ ਲਿਆ ਲਸੀ ਜੀ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ ਤੇ ਮੈਨੂੰ ਕਹਿਣ ਲੱਗੇ ਲੋਕ ਕਹਿੰਣਗੇ ਲਿਫਟ ਇਸ ਟੇਮ ਹੈ ਕਿ ਨਾ ਤੂੰ ਲੈਫਟ ਸਟੇ ਰਿਹਾ ਨਾ ਤੂੰ ਰਾਈਟ ਸਟੇ ਰਿਹਾ ਤੂੰ ਦਾ ਕੱਕਵਨ ਰਿਹਾ ਥੈਟ ਇਜ਼ ਦੀ ਫਾਲ ਡਾਊਨ ਜਿੱਥੋਂ ਉਹ ਥੱਲੇ ਚਲੇਆ ਤੇ ਉਹ ਸਲਾਹ ਦੇਣੀ ਹੋਰ ਗੱਲ ਹੁੰਦੀ ਹੈ ਮੰਨਣ ਵਾਲੇ ਨੇ ਮੰਨੇ ਹੁੰਦੀ ਹੈ ਉਹ ਥੋੜਾ ਡੈਸਪਰੇਟ ਹੋ ਗਿਆ ਕਿ ਤੇ ਪੰਨ ਤੇ ਇਸ ਕਰਕੇ ਉਹ ਲੋਕਾਂ ਨੂੰ ਜਿਹੜੇ ਫਾਲ ਨੂੰ ਨਾਲ ਨੇ ਲਿਜਾਇਆ ਸੀ ਬਹੁਤ ਗਲਤੀਆਂ ਇੱਕ ਨਹੀਂ ਕੀਤੀ ਬਹੁਤ ਗਲਤੀਆਂ ਕੀਤੀਆਂ ਨੇ ਹੁਣ ਮਨਪ੍ਰੀਤ ਨੇ ਕਾਂਗਰਸ ਦਾ ਲੜਫੜਿਆਗਾ ਤੁਹਾਨੂੰ ਕੀ ਲੱਗਦਾ ਕਾਂਗਰਸ ਇਸ ਦੇ ਨਾਲ ਮੌਜੂਦ ਹੋਏਗੀ ਦੇਖੋ ਗੱਲ ਹੈ ਕਾਂਗਰਸ ਦੇ ਤੇ ਮੈਂ ਫੇਸਬੁੱਕ ਤੇ ਪਾਇਆ ਸੀਗਾ ਜੇ ਤੋ ਹੁਕਮ 217 ਦੇ ਵਿੱਚ 2017 ਦੇ ਵਿੱਚ ਕਾਂਗਰਸ ਨੂੰ ਇਹਦਾ ਕੋਈ ਫਾਇਦਾ ਹੋਏਗਾ VOTING ਦੇ ਨੰਬਰ ਦੇ ਨਾਲ ਨਹੀਂ ਹੋਏਗਾ ਲੇਕਿਨ ਇੱਕ ਉਹਨਾਂ ਕੋ ਲੀਡਰ ਦੂਰ ਚਲਾ ਗਿਆ ਉਹ ਆਪਣੀ ਪਲੇਸ ਕਿੱਦਾਂ ਬਣਾਉਂਦਾ ਉਹਦੇ ਵਿੱਚ ਅੱਜ ਨਹੀਂ ਕੱਲ ਨੂੰ ਨਹੀਂ ਇਹ ਬੰਦਾ ਕੰਪੀਟੈਂਟ ਹੈ ਬੋਲਦਾ ਅੱਛਾ ਹੈ ਇਹ ਆਪਣੀ ਪਲੇਸ ਤਾਂ ਬਣਾ ਜਾਏਗਾ ਲੇਕਿਨ ਕਾਂਗਰਸ ਨੂੰ ਇਹਨਾਂ ਦੇ ਵਿੱਚ ਵੋਟਾਂ 'ਚ ਫਾਇਦਾ ਨਹੀਂ ਹੋਣਾ ਜੇ ਮਨਪ੍ਰੀਤ ਨਾਲ 400 ਬੰਦਾ 300 ਬੰਦਾ ਵੀ ਚਲੇ ਜਾਊਗਾ ਤੇ ਜਿਹੜਾ ਥੱਲੇ ਦਾ ਕੇਡਰ ਜਿਹੜੀ 5% ਵੋਟ ਉਹਨੇ ਲਈ ਸੀ ਉਹ ਤਾਂ ਨਾਲ ਨਹੀਂ ਜਾਣ ਲੱਗੀ। ਬੜੀ ਵੱਡੀ ਗੱਲ ਕਹੀ ਹੈ ਕਿ ਮਨਪ੍ਰੀਤ ਲੈਫਟਿਸਟਾਂ ਨਾਲ ਚਲਾ ਗਿਆ। ਇਹਦਾ ਮਤਲਬ ਪੰਜਾਬ ਦੇ ਅੰਦਰ ਲੈਫਟ ਕਦੇ ਅਲਟਰਨੇਟਿਵ ਨਹੀਂ ਬਣ ਸਕਦਾ। ਲੈਫਟ ਫੋਰਸਸ ਡੀਰੀਲ ਹੋ ਗਈਆਂ। ਮੈਂ ਕਿਸੇ ਆਈ ਐਮ ਡੋਨਟ ਵਾਂਟ ਟੂ ਡੈਨਿਗਰੇਟ ਕਿਸੇ ਮੰਡਾ ਵੀ। ਲੇਕਿਨ ਜੋ ਮੈਂ ਦੇਖਿਆ ਆ ਕਿ ਇਹਨਾਂ ਦਾ ਜਿਹੜਾ ਕੇਡਰ ਉੱਪਰਲਾ ਕੇਡਰ ਤਾਂ ਬੜਾ ਪੋਸ਼ਿੰਗ ਕਰ ਰਿਹਾ ਲੇਕਿਨ ਇਹ ਥੱਲੇ ਦਾ ਕੇਡਰ ਜਿਹੜਾ ਆ ਉਹ ਮੋਸਟ ਆਫ ਦੀ ਟਾਈਮ ਦੇ ਆਰ ਪੇਡ। ਸਮਝਿਆ ਨ ਉਹ ਝੰਡੀਆਂ ਜਿਹੜੀਆਂ ਲੈ ਕੇ ਆਉਂਦੇ ਆ ਉਹ ਬੜੇ ਇਨਡਿਫਰੈਂਟ ਟਾਈਪ ਦੇ ਲੋਕ ਹੁੰਦੇ ਆ ਜਿਸ ਇਲੈਕਸ਼ਨ ਦੇ ਵਿੱਚ ਮੈਂ ਤੁਹਾਨੂੰ ਇੱਕ ਮਿਸਾਲ ਦੱਸਦਾ ਲੁਧਿਆਣੇ ਦੇ ਲੋਹਣਾ ਨਾਰਥ ਵਿੱਚ ਮੈਂ ਇੱਕ ਟਿਕਟ ਦਵਾਈ ਕਿਸੇ ਨੂੰ ਉਹਨੇ ਨੂੰ ਉੱਥੇ ਤਕਰੀਬਨ 1200 ਤੋਂ 1300 ਲੈਫਟਿਸਟ ਦਾ ਵੋਟ ਹੈ ਤੁਸੀਂ ਇਮੇਜਿਨ ਕਰਦੇ ਹੋ ਕਿ ਸਾਨੂੰ ਕਿੰਨੀਆਂ ਪਈਆਂ 27 ਵੋਟਾਂ ਉਹ ਪੈਸੇ ਲੈ ਕੇ ਬੀਜਪੀ ਨੂੰ ਮੋਟਾ ਪਾ ਕੇ ਪੰਜਾਬ ਦੇ ਅੰਦਰ ਲੈਫਟ ਦੀ ਆਈਡੀਓਲੋਜੀ ਅਲਟਰਨੇਟਿਵ ਬਣ ਸਕਦੀ ਹੈ ਲੈਫਟ ਦੀ ਆਈਡੀਓਲੋਜੀ ਰੈਲੇਵੈਂਟ ਹੈ ਪੰਜਾਬ ਲਈ ਦੇਖੋ ਪੰਜਾਬ ਨੂੰ ਤੁਸੀਂ ਛੱਡੋ ਮੈਂ ਤਾਂ ਸਾਰੇ ਹਿੰਦੁਸਤਾਨ 'ਚ ਕਹਿਣਾ ਕਿ ਸੋਸ਼ੀਅਲਿਜ਼ਮ ਜਿਹੜੀ ਆ ਸੋਸ਼ੀਅਲਿਸਟਿਕ ਥਿੰਕਿੰਗ ਆ ਉਹ ਦੈਟ ਹੀ ਰਾਈਟ ਥਿੰਕਿੰਗ ਸੋਸ਼ੀਅਲਿਜ਼ਮ ਫੇਲ ਨਹੀਂ ਹੁੰਦਾ ਸੋਸ਼ੀਅਲਿਸਟ ਫੇਲ ਹੋ ਜਾਂਦੇ ਆ ਸਮਝਿਆ ਨਾ ਤੇ ਜੇ ਤੁਸੀਂ ਅੱਜ ਰਸ਼ੀਆ ਨੂੰ ਪੁੱਛੋ ਯੂਐਸਐਸਆਰ ਨੂੰ ਉੱਥੇ ਵੀ ਸੋਸ਼ੀਅਲਿਜ਼ਮ ਫੇਲ ਨਹੀਂ ਹੋਇਆ ਉਹ ਸੋਸ਼ੀਅਲਿਸਟ ਫੇਲ ਹੋ ਗਏ ਚਾਈਨਾ ਨੇ ਜ਼ਮਾਨੇ ਦੇ ਨਾਲ ਬਦਲਦੇ-ਬਦਲਦੇ ਉਹਨਾਂ ਨੂੰ ਉਹ ਕਹਿੰਦਾ ਕਹਿੰਦਾ ਮੌਜ਼ਮ ਲੈਨੋਨਿਜ਼ਮ ਤੇ ਅਜਰ ਸਰਾਉਣੀ ਕੀਤਾ ਉਹਦੇ ਨਾਲ ਨਾਲ ਦੇ ਵਿਦੇ ਉਹਨਾਂ ਨੇ ਡਾਇਨਾਮਿਕ ਕਨਸਰਟ ਕਨਸੈਪਟ ਵੀ ਇੱਕ ਡਾਇਨਾਮਿਕਸ ਦੇ ਨਾਲ ਜਿਵੇਂ ਚੇਂਜ ਹੁੰਦੀ ਹੈ ਚੇਂਜ ਹੁੰਦੀ ਜਾਂਦੀ ਹੈ ਉਸੇ ਚਾਈਨਾ ਐਗਜ਼ਿਸਟ ਕਰੇ ਦੂਜੇ ਪਾਸੇ ਉਹ ਫਾਰਮ ਨੇ ਉਸ ਪਾਸੇ ਯੂ ਐਸ ਐਸ ਆਰ ਦੇ ਨੇ ਆਪਣਾ ਸ਼ਿਰਾਜ਼ਾ ਬੁਖਾਰ ਦਿੱਤਾ ਇੱਕ ਜਗ੍ਹਾ ਤੇ ਮਤਲਬ 1960 ਬਾੜ ਦੇ ਵਿੱਚ ਹਾਂ ਇਸ ਵਾਲੇ ਇੱਕ ਹੋਰ ਕਰਨ ਲੱਗਾ ਕਿ ਕੇਜਰੀਵਾਲ ਬਾਰੇ ਇੱਕ ਇਹ ਵੀ ਉਹ ਆ ਕਿ ਉਹ ਜਦੋਂ ਬਹੁਤ ਸਾਰੇ ਇਸ ਤਰ੍ਹਾਂ ਦੇ ਨਾਰੇ ਦਿੰਦੇ ਨੇ ਭਾਰਤ ਮਾਤਾ ਦੀ ਜੈ ਤੋਂ ਲੈ ਕੇ ਕੁਮਾਰ ਵਿਸ਼ਵਾਸ ਦੀ ਅਗਰਸੀ ਡਾਲੋਜੀ ਦੇਖੀਏ ਉਹਦੇ ਵਿੱਚ ਬਹੁਤ ਸਾਰੇ ਲੋਕ ਨੇੜੇ ਆਰਐਸਐਸ ਦੇ ਨੇੜੇ ਨੇ ਆਰਐਸਐਸ ਦੇ ਥੋਟ ਨੂੰ ਫਾਲੋ ਕਰਦੇ ਨੇ ਤੁਹਾਨੂੰ ਕਦੇ ਨਾ ਕਦੇ ਕਿਉਂਕਿ ਆਰਐਸਐਸ ਨੰ ਉਹ ਇਸ ਦੇਸ਼ ਦੇ ਅੰਦਰ ਜਿਹੜਾ ਸੈਕੂਲਰ ਬੁੱਧੀਜੀਵੀ ਉਹ ਹੋਰ ਤਰ੍ਹਾਂ ਦੇਖਦਾ ਰਿਹਾ ਤੁਹਾਨੂੰ ਹੀ ਲੱਗਦਾ ਕਿ ਜਦੋਂ ਪੰਜਾਬ ਦੇ ਅੰਦਰ ਆਮ ਆਦਮੀ ਦੀ ਸਰਕਾਰ ਬਣੇਗੀ ਤਾਂ ਫਿਰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਪੈਦਾ ਹੋਣਗੀਆਂ ਇਹ ਕੋਈ ਪੋਲਿਟੀਕਲ ਕੁਐਸਚਨ ਹੈ ਮੈਂ ਦਾ ਜਵਾਬ ਨਹੀਂ ਦੇ ਸਕਦਾ ਸੱਚੀ ਗੱਲ ਹੈ ਕਿਉਂਕਿ ਆਰਐਸਐਸ ਦੀ ਈਡਿਓਲੋਜੀ ਕੇਜਰੀਵਾਲ ਦੀ ਈਡਿਓਲੋਜੀ ਭਾਜਪਾ ਦੀ ਈਡਿਓਲੋਜੀ ਕਾਂਸਿਡੀ ਈ ਕਹਿੰਨਾ ਕਿਤੇ ਗੱਡਮੈਂਟ ਹੋ ਜਾਂਦੀ ਹੈ ਹੈ ਸੋ ਜੇ ਅਕਾਲੀ ਭਾਜਪਾ ਨਾਲ ਜਾ ਸਕਦੇ ਆ ਮਤਲਬ ਇਹ ਦੋਨੋਂ ਵਾਰਟ ਹੈ ਨਾ ਲਿਕਰਨ ਦੇ ਆਉਣ ਦੇ ਨਾਲ ਇਹ ਹੋ ਗਿਆ ਕਿ ਕਮਸ ਕਮ ਪੰਜਾਬ ਦੇ ਵਿੱਚੋਂ ਜਿਹੜੀ ਕਮਿਊਨਲਿਜ਼ਮ ਦੀ ਟਿੰਗ ਹੈ ਉਹ ਖਤਮ ਹੋ ਗਈ ਪਰ ਐਟ ਦੀ ਸੇਮ ਟਾਈਮ ਉਹਨਾਂ ਨੇ ਆਪਣਾ ਜਿਹੜਾ ਪਾਵਰ ਚ ਲੈ ਲਈ ਸੋ ਪੋਲਿਟਿਸ ਵੀ ਪੋਲਿਟੀਕਲ ਵਿੱਚ ਕੀ ਸਮੀਕਰਨ ਹੁੰਦੇ ਨੇ ਕਿਹੜਾ ਕਿਹਦੇ ਨਾਲ ਜੁੜਦਾ ਅੱਜ ਉਹ ਦੁਸ਼ਮਣ ਹੈ ਕੱਲ ਨੂੰ ਕੱਲ ਨੂੰ ਉਹ ਦੋਸਤ ਹੈ ਤੁਹਾਡੀ ਸਲਾਹ ਹੁਣ ਆਮ ਆਦਮੀ ਦੇ ਕੰਮ ਆਊਗੀ ਜਿਹੜੀ ਤੁਸੀਂ ਸਲਾਹ ਦਿੱਤੀ ਹੈਗੀ ਜਿਹੜੀ ਇਕਨੋਮੀ ਨੂੰ ਲੈ ਕੇ ਜਾਂ ਸਾਰੀਆਂ ਚੀਜ਼ਾਂ ਨੂੰ ਉਹ ਕੋਈ ਕੰਮ ਆਊ ਉਹਨਾਂ ਦੇ ਇੱਕੋ ਮੈਨ ਨੇ ਪਤਾ ਕਿੱਥੋਂ ਤੱਕ ਕੋਈ ਯੂਜ਼ ਕਰਦੇ ਆ ਇਹ ਤਾਂ ਉਹਨਾਂ ਦਾ ਕੰਮ ਹੈ ਤਾਂ ਮੈਂ ਨਾ ਆਮ ਨਾ ਇੰਪਲੀਮੈਂਟਰ ਜੋ ਮੈਨੂੰ ਪਤਾ ਸੀ ਮ ਇਹ ਕੋ ਹੋਰ ਆ ਉਹ ਨੂੰ ਵੀ ਦਰ ਦੂੰਗਾ ਉਹਨੂੰ ਪਸੰਦ ਆ ਉਹ ਯੂਜ਼ ਕਰ ਲਓ ਨਹੀਂ ਪਸੰਦ ਆ ਉਹ ਨਾ ਯੂਜ਼ ਕਰੋ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਅਗਰ ਸਰਕਾਰ ਬਣੀ ਤਾਂ ਜਿਹੜੀ ਪੰਜਾਬ ਦੀ ਸਟੈਗਨੇਸ਼ਨ ਆ ਜਿਹੜੀ ਇਕਨੋਮਿਕ ਸਟੈਗਨੇਸ਼ਨ ਆ ਪੋਲਿਟੀਕਲ ਸਟੈਗਨੇਸ਼ਨ ਹੈ ਖਤਮ ਹੋਊਗੀ ਸਰਕਾਰ ਨਾਲ ਗੱਲ ਨਹੀਂ ਬਣਦੀ ਹੁੰਦੀ ਗੱਲ ਤਾਂ ਇਹ ਆ ਕਿ ਉਹਦਿਆਂ ਦੀਆਂ ਪੋਲਿਸੀਜ਼ ਕੀ ਨੇ ਔਰ ਪੋਲਿਸੀਆਂ ਨੂੰ ਇੰਪਲੀਮੈਂਟ ਕਿਦਾਂ ਕਰਦੇ ਆ ਇਹ ਤਾਂ ਹੁਣ ਸਰਕਾਰ ਬਣੀ ਤੇ ਪਤਾ ਲੱਗੂ ਨਾ ਇਹ ਤਾਂ ਹਾਈਪੋਥੈਟিক্যাল ਕੁਐਸਚਨ ਹੈ ਇਹਨੂੰ ਕੀ ਤੁਸੀਂ ਬੜਾ ਪੰਜਾਬ ਨੂੰ ਪਿਛਲੇ 40-50 ਸਾਲਾਂ ਤੋਂ ਬਹੁਤ ਨੇੜੋਂ ਦੇਖਿਆ ਪੰਜਾਬ ਦੀ ਸਿਆਸਤ ਨੂੰ ਪੰਜਾਬ ਦੀ ਇਕਨੋ ਦੇਖੋ ਇਹ ਤਾਂ ਮੌਕਾ ਹੁੰਦਾ ਆ ਉਸ ਵੇਲੇ ਦਾ ਕਿ ਕਿਸ ਪਾਸੇ ਉਹ ਨੀੜੀ ਚਲਦੀ ਹੈ ਹਵਾ ਤੇ ਡਿਪੈਂਡ ਕਰਦਾ ਹੈ ਪਾਰਟੀਆਂ ਵਾਲੇ ਸਾਲ ਪਿਆ ਆਪਣੇ ਆਪ ਨੂੰ ਕਿੰਨਾ ਸਟੈਬਲਿਸ਼ ਕਰ ਸਕਦੀਆਂ ਕਿਸ ਪਾਸੇ ਨੂੰ ਚਲੇਗਾ ਹੋ ਸਕਦਾ ਤਿੰਨਾਂ ਹੀ ਪਾਰਟੀਆਂ ਦੇ ਸਟੰਬ ਨੇ ਜਾਣ ਹੰਗ ਅਸੈਂਬਲੀ ਹੋ ਜਾਏ ਹੋ ਸਕਦਾ ਇਹ ਸਵੀਪ ਕਰ ਜਾਣ ਹੋ ਸਕਦਾ ਵੋਟਾਂ ਵੰਡ ਕੇ ਅਕਾਲੀ ਆਜ ਬੀਜੇਪੀ ਆ ਜਾਏ ਹੋ ਸਕਦਾ ਰਮਿੰਦਰ ਸਿੰਘ ਦੀ ਤਰ੍ਹਾਂ ਕਾਂਗਰਸ ਆ ਜਾਏ ਇਹ ਇਸ ਵੇਲੇ ਕੋਈ ਇਹਨੂੰ ਨਹੀਂ ਕਰ ਸਕਦਾ ਮਨਪ੍ਰੀਤਾ ਤੁਸੀਂ ਇੱਕ ਦੌਰ ਚ ਸਾਥ ਛੱਡ ਗਏ ਸੀ ਅੱਜ ਤੁਹਾਨੂੰ ਹੁਣ ਲੱਗਦਾਗਾ ਕਿ ਤੁਸੀਂ ਕੋਈ ਅੱਜ ਲੱਗਦਾ ਕਿ ਅਜੇ ਵੀ ਤੁਸੀਂ ਸਲਾਹ ਦੇ ਸਕਦੇ ਹੋ ਮਨਪ੍ਰੀਤ ਨੂੰ ਮਨਪ੍ਰੀਤ ਨਾ ਮੇਰਾ ਉਹ ਅਜ਼ੀਜ਼ ਹੈ ਸਮਝੇ ਨਾ ਔਰ ਮੇਰਾ ਉਹਦੇ ਚ ਇੰਟਰਸਟ ਹੈ ਉਸ ਬੰਦੇ ਦੇ ਵਿੱਚ ਕਿਉਂਕਿ ਇੰਟੈਲੈਕਚੁਅਲ ਹੈ ਉਹ ਉਹਨੂੰ ਮਤਲਬ ਉਹਦੀ ਸੋਚ ਵੀ ਹੈ ਉਹ ਚ ਗਸਟੋ ਵੀ ਹੈ ਔਰ ਉਹਦੇ ਵਿੱਚ ਹਿੰਮਤ ਵੀ ਹੈ ਕੰਮ ਕਰਨ ਦੀ ਲੇਕਿਨ ਉਹ ਕਾਂਗਸ ਜਾ ਕੇ ਉਹ ਕੀ ਬਣਦਾ ਮੈਨੂੰ ਨਹੀਂ ਪਤਾ ਪਰ ਮੈਂ ਜੇ ਮੇਰੀ ਸਲਾਹ ਦੇਣਾ ਤਾਂ ਮੈਂ ਤੁਹਾਨੂੰ ਹਰ ਵੇਲੇ ਹਾਜ਼ਰ ਹਾਂ ਸਲਾਹ ਦੇਣ ਨੂੰ ਮੈਨੂੰ ਕੋਈ ਪ੍ਰੋਬਲਮ ਨਹੀਂ ਕਿਸੇ ਨੂੰ ਵੀ ਸਲਾਹ ਦੇਣ ਨੂੰ ਤਿਆਰ ਹਾਂ ਕਿਸੇ ਨੂੰ ਵੀ ਨਹੀਂ ਪਸੰਦ ਆਉਂਦੀ ਹੈ ਕਿਸੇ ਨੂੰ ਕਿਸੇ ਨੂੰ ਗੋੜ ਕਹਿੰਦਾ ਮਿੱਠਾ ਤੇ ਕਿਸੇ ਨੂੰ ਕੋੜਾ ਆ ਤਾਂ ਮੈਂ ਇਹ ਵੀ ਕਰ ਦਿਆਂਗਾ ਸੋ ਇਸਨ ਸਰਦਾਰਾ ਸਿੰਘ ਜੋਹੜ ਜਿਨ੍ਹਾਂ ਨੇ ਬੜਾ ਲੰਬਾ ਸਮਾਂ ਪੰਜਾਬ ਦੇ ਉੱਤੇ ਕੰਮ ਕੀਤਾ ਪੰਜਾਬ ਦੀ ਇਕਨੋਮੀ ਦੇ ਉੱਤੇ ਪੰਜਾਬ ਦੇ ਪੋਲੀਟੀਕਲ ਇਸ਼ੂਜ਼ ਦੇ ਉੱਤੇ ਮਨਪ੍ਰੀਤ ਬਾਦਲ ਨੂੰ ਸਲਾਹ ਦਿੰਦੇ ਰਹੇ ਹੁਣ ਆਮ ਆਦਮੀ ਪਾਰਟੀ ਉਹਨਾਂ ਤੋਂ ਸਲਾਹ ਲੈਂਦੀ ਰਹੀ ਆ ਲੈ ਰਹੀ ਆ ਪਰ ਉਹਨਾਂ ਦਾ ਇੰਪੋਰਟੈਂਟ ਤੌਰ ਦੇ ਉੱਤੇ ਇਹ ਕਹਿਣਾ ਹੈਗਾ ਮੁੱਖ ਤੌਰ ਦੇ ਉੱਤੇ ਕੀ ਆਮ ਆਦਮੀ ਪਾਰਟੀ ਵੀ ਉਹ ਗਲਤੀਆਂ ਕਰ ਰਹੀ ਹੈ ਜੋ ਮਨਪ੍ਰੀਤ ਬਾਦਲ ਨੇ ਕੀਤੀਆਂ ਸੀ ਕੈਮਰਾਮੈਨ ਗੁਲਸ਼ਨਦੇ ਨਾਲ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ